ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਨੀਤ ਕੌਰ, ਟੂਰਿਸਟਲ ਇੰਡੀਆ ਮੋਹਾਲੀ ਤੋਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਸਾਡੇ ਸੋਸ਼ਲ ਮੀਡੀਆ 'ਤੇ ਵੀਜ਼ੇ ਲੱਗੇ ਵੇਖਦੇ ਰਹਿੰਦੇ ਹੋ, ਅੱਜ ਫਿਰ ਸਾਨੂੰ ਇੱਕ ਨਵੀਂ ਖੁਸ਼ੀ ਹਾਸਿਲ ਹੋਈ ਹੈ। ਮੇਰੇ ਨਾਲ ਨੇ ਜੀ ਪਰਮਦੀਪ ਸਿੰਘ ਅਤੇ ਉਹਨਾਂ ਦੇ ਵਾਈਫ ਰਾਜਦੀਪ ਕੌਰ ਦਾ ਵੀਜ਼ਾ ਲੱਗਿਆ, ਟੂਰਿਸਟ ਵੀਜ਼ਾ ਕੈਨੇਡਾ ਦਾ। ਅਤੇ ਇਹਨਾਂ ਦਾ ਜਿਹੜਾ ਵੀਜ਼ਾ ਲੱਗਿਆ ਇਹ ਵਿਦਇਨ 1 ਮੰਥ ਲੱਗ ਕੇ ਆਇਆ। ਇਹਨਾਂ ਦਾ ਜਿਹੜਾ ਪਾਸਪੋਰਟ ਸੀ ਉਹ ਬਿਲਕੁਲ ਫਰੈਸ਼ ਪਾਸਪੋਰਟ ਸੀ, ਤੁਸੀਂ ਵੇਖ ਸਕਦੇ ਹੋ ਵੀ ਇਹਨਾਂ ਦੇ ਪਾਸਪੋਰਟ 'ਤੇ ਕੋਈ ਟਰੈਵਲ ਹਿਸਟਰੀ ਨਹੀਂ ਸੀਗੀ। ਅਤੇ ਫਰੈਸ਼ ਪਾਸਪੋਰਟ ਦੇ ਉੱਤੇ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਵਿਦਇਨ 1 ਮੰਥ। ਅਤੇ ਇਹਨਾਂ ਦਾ ਜਿਹੜਾ ਪ੍ਰੋਫਾਈਲ ਸੀਗਾ ਜੀ, ਇਹ ਗਵਰਮੈਂਟ ਇੰਪਲੋਈ ਸੀ ਅਤੇ ਇਹਨਾਂ ਦੇ ਵਾਈਫ ਹਾਊਸ ਵਾਈਫ ਸੀਗੇ, ਅਤੇ ਵਿਦਇਨ 1 ਮੰਥ ਵੀਜ਼ਾ ਲੱਗਿਆ। ਆਓ ਹੁਣ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਸਾਡੀ ਸਰਵਿਸ ਲੈ ਕੇ ਕੀ ਕਹਿਣਾ ਚਾਹੁੰਦੇ ਨੇ। ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ? ਮੈਂ ਟੂਰਿਸਟਲ ਇੰਡੀਆ ਦੇ ਬਾਰੇ ਫੇਸਬੁੱਕ 'ਤੇ ਦੇਖਿਆ ਸੀਗਾ, ਫੇਸਬੁੱਕ ਪੇਜ 'ਤੇ, ਔਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਔਰ ਵਿਦਇਨ 1 ਮੰਥ ਮੇਰਾ ਵੀਜ਼ਾ ਆਇਆ ਹੈ। ਇੱਥੋਂ ਦਾ ਸਟਾਫ ਬਹੁਤ ਵਧੀਆ ਹੈ, ਬਹੁਤ ਵਧੀਆ ਜਾਣਕਾਰੀ ਦਿੰਦੇ ਨੇ, ਬਹੁਤ ਦੱਸਦੇ ਨੇ ਸਾਰੀਆਂ ਚੀਜ਼ਾਂ, ਔਰ ਮੈਂ ਚਾਹਾਂਗਾ ਕਿ ਇੱਕ ਵਾਰੀ ਤੁਸੀਂ ਜ਼ਰੂਰ ਅਪਲਾਈ ਕਰੋ। ਥੈਂਕ ਯੂ ਜੀ। ਤੁਸੀਂ ਦੇਖ ਸਕਦੇ ਹੋ ਵੀ ਇਹ ਸਾਡੀ ਸਰਵਿਸ ਨੂੰ ਲੈ ਕੇ ਬਹੁਤ ਜ਼ਿਆਦਾ ਸੈਟਿਸਫਾਈ ਨੇ, ਖੁਸ਼ ਨੇ, ਅਤੇ ਅੱਜ ਇਹਨਾਂ ਦਾ ਫਰੈਸ਼ ਪਾਸਪੋਰਟ 'ਤੇ ਵੀਜ਼ਾ ਲੱਗਿਆ। ਅਤੇ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ, ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ, ਇੱਕ ਵਾਰੀ ਟੂਰਿਸਟਲ ਦੀ ਟੀਮ ਨੂੰ ਆ ਕੇ ਜ਼ਰੂਰ ਮਿਲੋ। ਜਿਵੇਂ ਅਸੀਂ ਇਹਨਾਂ ਦਾ ਵੀਜ਼ਾ ਲੈਣ 'ਚ ਸਕਸੈਸ ਰਹੇ ਹਾਂ, ਅਤੇ ਅਸੀਂ ਨੈਕਸਟ ਤੁਹਾਨੂੰ ਵੀ ਵੀਜ਼ਾ ਲੈ ਕੇ ਦੇਵਾਂਗੇ। ਥੈਂਕ ਯੂ।